ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਦੱਸਦੀ ਹੈ ਕਿ ਲੜਾਈ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਪਹੁੰਚੀਆਂ ਸੀ ਅਤੇ ਦੱਸਿਆ ਜਾ ਰਿਹਾ ਕਿ ਐਮਰਜੈਂਸੀ ਵਾਰਡ ਦੇ ਵਿੱਚ ਵੀ ਜਾ ਕੇ ਦੋਵੇਂ ਹੀ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਇੱਕ ਧਿਰ ਦੇ ਵੱਲੋਂ ਡਾਕਟਰਾਂ ਦੇ ਉੱਤੇ ਵੀ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਤੇ ਦੱਸਿਆ ਜਾ ਰਿਹਾ ਕਿ ਜੋ ਨੌਜਵਾਨਾਂ ਦੇ ਵਿਚਕਾਰ ਲੜਾਈ ਹੋਈ ਸੀ ਉਹ ਸਾਰੇ ਹੀ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਅਤੇ ਇਸ ਦੇ ਨਾਲ ਹੀ ਕੁਝ ਨੌਜਵਾਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਗਈ ਹੈ, ਜਿਸ ਦੀ ਕਿ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਇੱਕ ਧਿਰ ਦੇ ਵੱਲੋਂ ਡਾਕਟਰ ਦੇ ਰੂਮ ਦੇ ਵਿੱਚ ਵੀ ਵੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਹੁਣ ਡਾਕਟਰਾਂ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ, ਲੜਾਈ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਪਹੁੰਚੀਆਂ ਸੀ ਅਤੇ ਐਮਰਜੈਂਸੀ ਵਾਰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਵੇਂ ਧਿਰਾਂ ਫੇਰ ਤੋਂ ਭਿੜ ਜਾਂਦੀਆਂ ਨੇ। ਭਿੜਨ ਤੋਂ ਬਾਅਦ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਕੀਤਾ ਜਾਂਦਾ ਅਤੇ ਮੌਕੇ ਦੇ ਉੱਤੇ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਪਹੁੰਚੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਗਈ ਹੈ। ਦੋ ਆਪੋਜ਼ਿਟ ਪਾਰਟੀਆਂ ਆਈਆਂ ਜੀ ਸੀ, ਲੜਕੀ ਆਈਆਂ ਹੈ ਔਰ ਇਹ ਆਈਆਂ ਸੀ ਆਈ ਗੈਸ ਇੱਕ ਮਿੰਟ ਮੈਂ ਦੇਖੀ ਜੀ ਜੋਧੇਵਾਲ ਪੁਲਿਸ ਥਾਣੇ ਦੇ ਸੀਗੇ ਜੀ। ਇਹ ਸਾਡੇ ਕੋਲ ਪਰਚਾ ਕਟਾਉਣ ਆਏ ਸੀ ਜੀ। ਅਸੀਂ ਇਹਨਾਂ ਦਾ ਪਰਚਾ ਕੱਟਣ ਤੋਂ ਮਨਾ ਨਹੀਂ ਕੀਤਾ ਸੀ, ਇਹਨਾਂ ਨੇ ਸਿਰਫ ਇੰਨਾ ਕਿਹਾ ਸੀ ਤੁਸੀਂ ਪਹਿਲੇ ਇਲਾਜ ਕਰਾ ਲਓ, ਤੁਹਾਡਾ ਪਰਚਾ ਤੁਹਾਡੇ ਟਾਈਮ 'ਤੇ ਹੋ ਜਾਏਗਾ। ਪਰ ਇਹਨਾਂ ਸਭ ਨੇ ਸ਼ਰਾਬ ਪੀਤੀ ਹੋਈ ਸੀ ਜੀ, ਉਸਦੇ ਬਾਵਜੂਦ ਅਸੀਂ ਇਹਨਾਂ ਦਾ ਪਰਚਾ ਕੱਟਣ ਨੂੰ ਤਿਆਰ ਹੋ ਗਏ। ਪਰ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਕਿ ਇਹਨਾਂ ਨੇ ਆ ਕੇ ਸਰਕਾਰੀ ਪ੍ਰੋਪਰਟੀ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਸਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ 'ਤੇ ਇਲਜ਼ਾਮ ਲਗਾਏ ਕਿ ਅਸੀਂ ਇਹਨਾਂ ਆਪੋਜ਼ਿਟ ਪਾਰਟੀ ਤੋਂ ਪੈਸੇ ਲਾ ਕੇ ਉਹਨਾਂ ਦੇ ਕੱਟ ਮਾਰੇ ਹੈ ਅਤੇ ਉਹਨਾਂ ਦਾ ਪਰਚਾ ਪਹਿਲੇ ਕੱਟਤਾ, ਇਹਨਾਂ ਦਾ ਬਾਅਦ 'ਚੋਂ ਕੱਟਿਆ ਜੀ। ਇਸ ਦੇ ਬਾਵਜੂਦ ਅਸੀਂ PCR ਬੁਲਾਈ ਅਤੇ PCR ਨੇ ਕਿਹਾ ਜੀ ਇਹਨਾਂ ਦਾ ਪਰਚਾ ਕੱਟ ਦਿਓ, ਔਰ PCR ਦਾ ਬੰਦਾ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਜੀ ਤੁਸੀਂ MLR ਕੱਟ ਦਿਓ, ਪਰਚਾ ਸਵੇਰੇ ਕੱਟ ਦਿਓ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਾਡੀ PCR ਨੂੰ ਇੰਨਾ ਨਹੀਂ ਪਤਾ ਕਿ MLR ਔਰ ਪਰਚਾ ਇੱਕੋ ਹੀ ਚੀਜ਼ ਹੁੰਦੀ ਹੈ। PCR ਨੰਬਰ ਪਤਾ ਕਿ ਇਹਦਾ ਕਿਹੜੀ PCR ਆਈ ਸੀ? PCR ਡਿਵੀਜ਼ਨ ਨੰਬਰ 2 ਦੀ ਸੀਗੀ, ਮੈਂ ਸ਼ਕਲ ਦੱਸ ਕੇ ਦੱਸ ਸਕਦੀ ਹਾਂ, ਮੈਨੂੰ ਇਹ ਨਹੀਂ ਪਤਾ ਕਿੱਥੋਂ ਦੀ ਆਈ ਸੀ। ਮੈਂ 100 ਨੰਬਰ 'ਤੇ ਫੋਨ ਵੀ ਕੀਤਾ, ਆਈ ਵੀ PCR ਅੱਧਾ ਘੰਟਾ ਲੇਟ ਜੀ। ਇੱਥੇ ਨਾਈਟ ਡਿਊਟੀ 'ਤੇ ਮੈਂ ਔਰ ਡਾਕਟਰ ਅਮਨ ਬੈਠੇ ਹਾਂ ਜੀ, ਕੋਈ ਸਿਕਿਉਰਿਟੀ ਨਹੀਂ ਹੈ, ਕੋਈ ਵੀ ਆ ਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਦੇ ਰਿਹਾ। ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ, ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਰਾਤ ਜੀ, ਔਰ ਸਾਨੂੰ ਇਹ ਫੋਰਸ ਕੀਤਾ ਗਿਆ ਕਿ ਡਾਕਟਰ ਸਾਹਿਬ ਇਹਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਫਾਰਗ ਕਰੋ। ਇਹ ਕੋਈ ਤਰੀਕਾ ਥੋੜ੍ਹਾ ਹੈ ਕਿਸੇ ਔਨ ਡਿਊਟੀ ਡਾਕਟਰ ਦੇ ਨਾਲ ਜੀ। ਔਨ ਡਿਊਟੀ ਡਾਕਟਰ ਇੱਥੇ ਆਪਣੀ ਘਰ ਬਾਰ ਛੱਡ ਕੇ ਡਿਊਟੀ ਕਰ ਰਿਹਾ ਔਰ ਉਹਨੂੰ ਪੁਲਿਸ ਫੋਰਸ ਕਰ ਰਹੀ ਹੈ ਕਿ ਇਹਨਾਂ ਨੂੰ ਕੱਟ ਕੇ ਜਲਦੀ ਜਲਦੀ ਮਾਹੌਲ ਨੂੰ ਸ਼ਾਂਤ ਕਰੋ ਜੀ। ਮੈਮ ਅਗਰ ਦੱਸਿਆ ਬਾਹਰ ਜਵਾਨ ਵੀ ਤਾਂ ਖੜਾਇਆ ਹੁੰਦਾ, ਇੱਕ ਕੌਂਸਟੇਬਲ ਵੀ ਖੜਾਇਆ। ਕੋਈ ਕੌਂਸਟੇਬਲ ਨਹੀਂ ਮੇਰੇ ਕੋਲ ਅੰਦਰ ਆਇਆ, ਮੈਂ ਕਿੰਨੀ ਦੇਰ ਦੀ ਅੱਧਾ ਪੌਣਾ ਘੰਟਾ ਮੈਂ ਬੋਲਦੀ ਰਹੀ PCR ਨੂੰ ਬੁਲਾਓ, ਪੁਲਿਸ ਨੂੰ ਬੁਲਾਓ, ਕੋਈ ਨਹੀਂ ਆ ਰਿਹਾ। ਈਵਨ ਸਾਡਾ ਬਾਹਰ ਜਾਣ ਦਾ ਵੀ ਰਸਤਾ ਇਹਨਾਂ ਨੇ ਬਲੌਕ ਕਰਤਾ ਜੀ। ਸਾਸੀ ਕਮਰੇ ਤੋਂ ਬਾਹਰ ਜਾਣ ਜਾ ਰਹੇ ਸੀਗੇ, ਬਾਹਰ ਇੰਨੇ ਬੰਦੇ ਖੜੇ ਸੀ ਜੀ। ਮੈਮ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ? ਸਾਡੇ ਕਮਰੇ ਦੇ ਅੰਦਰ ਧੱਕਾ ਮਾਰ ਕੇ ਵੜਿਆ, ਮੇਰੇ ਕਲਾਸ 4 ਦੇ ਮੁੰਡਿਆਂ ਨੇ ਇਹਨਾਂ ਨੂੰ ਬਾਹਰ ਫੜ ਕੇ ਬਾਹਰ ਕੱਢਿਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਜੀ। ਮੈਮ ਕੋਈ ਵੀ ਇੱਥੇ ਅੰਦਰਾਂ ਦੀ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂ ਕਿ ਅੰਦਰ ਆ ਕੇ ਉਹਨਾਂ ਨੇ ਬਹੁਤ ਹੰਗਾਮਾ ਕੀਤਾ, ਔਨ ਡਿਊਟੀ ਡਾਕਟਰ ਤੇ ਇਲਜ਼ਾਮ ਲਗਾਏ ਹੈ ਕਿ ਡਾਕਟਰ ਜਿਹੜੇ ਆ ਪੈਸੇ ਲੈ ਕੇ ਪਰਚੇ ਕੱਟ ਦਿੱਤੇ। ਸ਼ਰਾਬ ਸ਼ਰੂਬ ਪੀਤੀ ਜੀ? ਮੈਮ ਬਹੁਤ ਸ਼ਰਾਬ ਪੀਤੀ ਹੋਈ ਹੈ ਉਹਨਾਂ ਨੇ ਜੀ ਜੀ, ਫਿਰ ਵੀ ਸਾਨੂੰ ਉਹਨਾਂ ਦਾ ਪਰਚਾ ਕੱਟਣਾ ਪਿਆ ਕਿਉਂਕਿ ਅਸੀਂ ਇੱਥੇ ਮਾਹੌਲ ਨੂੰ ਸ਼ਾਂਤ ਰੱਖਣਾ। ਮੈਮ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਹੁੰਦੀ ਹੈ ਜੇ ਤੁਸੀਂ ਕੀ? ਮੇਰੇ ਖਿਆਲ ਨਾਲ ਸਾਨੂੰ ਸਭ ਤੋਂ ਪਹਿਲੇ ਸਿਕਿਉਰਿਟੀ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕੀ ਜਿਹੜੇ ਰਾਤ ਨੂੰ ਆਉਂਦੇ ਹੈ ਉਹਨਾਂ ਤੋਂ ਡਾਕਟਰ ਤੇ ਸਟਾਫ ਨੂੰ ਸਿਕਿਉਰਿਟੀ ਮਿਲੇ ਜੀ, ਤੇ ਸਿਵਲ ਹਸਪਤਾਲ ਦੇ ਬਾਕੀ ਮਰੀਜ਼ ਜਿਹੜੇ ਹੈ ਉਹ ਵੀ ਕੰਫਰਟੇਬਲ ਰਹਿਣ।